ਸਭ ਤੋਂ ਵੱਡੀ ਗੱਲ ਤਾਂ ਘਰੇ ਵੀ ਡਾਕਟਰ ਹੈ, ਉਹ ਭੁੱਲ ਹੀ ਗਏ ਸੀ ਰੋਟੀ ਖਾਣੀ ਹੈ ਭਾਈ। ਸੋ ਡਾਕਟਰ ਕਮਿਊਨਿਟੀ ਨਾਲ ਆਮ ਆਦਮੀ ਪਾਰਟੀ, ਕਿਉਂਕਿ ਸਾਰੇ ਸਮਾਜ ਦੀ ਪਾਰਟੀ ਹੈ, ਸਾਡੇ ਕੋਲ ਡਾਕਟਰ ਵੀ ਨੇ, ਸਾਡੇ ਕੋਲ ਵਕੀਲ ਵੀ ਨੇ, ਸਾਡੇ ਕੋਲ ਸਟੂਡੈਂਟ ਵੀ ਨੇ ਜਿਹੜੇ ਪੜ੍ਹ ਰਹੇ ਸੀ ਅਤੇ ਟਿਕਟਾਂ ਮਿਲ ਗਈਆਂ ਅਤੇ ਜਿੱਤ ਗਏ, ਸਾਡੇ ਕੋਲ ਟੀਚਰ ਵੀ ਨੇ, ਪ੍ਰੋਫੈਸਰ ਵੀ ਨੇ, ਆਰਟਿਸਟ ਵੀ ਨੇ। ਸੋ ਸਾਡੇ ਕੋਲ ਸਮਾਜ ਦਾ ਹਰ ਵਰਗ ਹੈ, ਸਾਡੇ ਕੋਲ ਆਮ ਆਦਮੀ ਪਾਰਟੀ ਆਮ ਆਦਮੀ ਹੈ, ਹਰੇਕ ਵਰਗ ਤੋਂ ਆਮ ਆਦਮੀ, ਜਦਕਿ ਦੂਜੀਆਂ ਪਾਰਟੀਆਂ 'ਚ ਸਿਰਫ ਉਹਨਾਂ ਦੇ ਪੁੱਤ ਭਤੀਜੇ, ਉਹਨਾਂ ਦੇ ਸਾਲੇ ਜੀਜੇ, ਉਹੀ ਚੱਲੀ ਜਾਂਦਾ ਸੀ। ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ। ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ, ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਅਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ, ਅਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲ੍ਹਾ ਦਿੰਦੇ ਸੀ, ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ, ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ, ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ, ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ, ਤਾਂ ਫਿਰ ਉਹ ਉਸ MLA ਨੂੰ ਜਾਂ ਉਸ MP ਨੂੰ ਟਾਈਮ ਮਿਲਣ ਲੱਗ ਜਾਂਦਾ। ਜਿਸ ਤਰ੍ਹਾਂ ਮੈਂ ਵੀ 8 ਸਾਲ ਲਾ ਕੇ ਆਇਆ ਪਾਰਲੀਮੈਂਟ 'ਚ, ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫਾਲਤੂ ਗੱਲ ਨਹੀਂ ਕਰਨੀ, ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ, ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ। ਜਿਹਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹਰ ਵਕਤ, ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਵੇ, ਇਸ ਕਰਕੇ ਫਿਰ ਇਗਨੋਰ ਕਰਨ ਲੱਗ ਜਾਂਦੇ। ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ 'ਤੇ ਪਿਆ ਸਾਰਾ, ਤੁਸੀਂ ਵੀ ਆਪਣੇ ਕੈਮਰਾ ਰਾਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ, ਕਿ ਜਿੰਨਾ ਵੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ, ਜਿਸ ਏਜੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਏਜੰਡੇ ਨੂੰ ਲੈ ਕੇ ਬੋਲਿਆ। ਔਰ ਮੇਰੇ ਕੋਲ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਹ ਸ਼ਹਿਰ 'ਚ ਆਹ ਚਾਹੁੰਦਾ, ਮੈਂ ਪਿੰਡਾਂ 'ਚ ਆਹ ਪ੍ਰੋਬਲਮ ਹੈ, ਸਾਨੂੰ ਫੰਡ ਦਿਓ। ਸੋ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ, ਚੱਲ ਕੇ ਆਉਂਦੇ ਰਹੇ, ਘੰਟਾ ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ, ਕੋਈ ਗੱਲ ਨਹੀਂ ਮੇਰੇ ਲਈ, ਕੋਈ ਇਹ ਨਹੀਂ ਹੈਗਾ ਕਿ ਜੇ ਕੋਈ MLA ਜਿਹੜਾ ਉਹ ਵਿਰੋਧੀ ਧਿਰ ਦਾ, ਤਾਂ ਮੈਂ ਉੱਥੇ ਉਸ ਲੋਕਾਂ ਨੂੰ ਸਜ਼ਾ ਦੇਵਾਂ, ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਵਿਕਾਸ ਦੇ ਕੰਮਾਂ 'ਤੇ ਕੋਈ ਰੋਕ ਲਾਵਾਂ। ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ, ਜਿਹੜੀ ਕਿ ਇਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ, ਕਿ ਜੇ ਇਸ ਗਲੀ 'ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ 2 ਪੁਲੀਆਂ ਹੀ ਪੱਟ ਦਿਉ, ਅਤੇ ਬਾਅਦ 'ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ, ਹੁਣ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ। ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ। ਮੈਂ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ, ਮੈਂ ਉਸੇ ਦਿਨ ਵੀ ਕਿਹਾ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ। ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ, ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਹਾਂ। ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ। ਮੇਰੇ ਲਈ ਨਕੋਦਰ ਵੀ ਇਹੋ ਜਿਹਾ, ਮੇਰੇ ਲਈ ਨਵਾਂਸ਼ਹਿਰ ਵੀ ਇਹੋ ਜਿਹਾ, ਬੰਗਾ ਵੀ ਇਹੋ ਜਿਹਾ, ਮੇਰੇ ਲਈ ਮੂਣਕ ਵੀ ਇਹੋ ਜਿਹਾ, ਭਵਾਨੀਗੜ੍ਹ ਵੀ ਇਹੋ ਜਿਹਾ, ਮੇਰੇ ਲਈ ਘਨੌਰ ਵੀ ਇਹੋ ਜਿਹਾ, ਮੇਰੇ ਲਈ ਸਨੌਰ ਵੀ ਇਹੋ ਜਿਹਾ। ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ, ਸਾਰੇ ਪੰਜਾਬ 'ਚ ਕਿਤੇ ਵੀ ਤਰੱਕੀ ਹੋਊਗੀ, ਤਾਂ ਉਹਦਾ ਜਿਹੜਾ ਸ਼ਾਬਾਸ਼ੀ ਮਿਲੂਗੀ। ਕੱਲ੍ਹ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ, ਉਹ ਆਪ ਬੋਲ ਰਹੇ ਸੀ, ਕੋਈ ਕੋਈ ਜਗਰਾਓਂ ਤੋਂ ਸੀ, ਕੋਈ ਮੁਕਤਸਰ ਤੋਂ ਸੀ, ਕੋਈ ਫਾਜ਼ਿਲਕਾ ਤੋਂ ਸੀ, ਕੋਈ ਬਠਿੰਡੇ ਤੋਂ ਸੀ, ਕੋਈ ਸੰਗਰੂਰ ਤੋਂ ਸੀ, ਕੋਈ ਅੰਮ੍ਰਿਤਸਰ ਤੋਂ ਸੀ, ਸਾਰੇ ਪੰਜਾਬ ਤੋਂ ਆਏ ਹੋਏ ਸੀ, ਅਤੇ ਉਹ ਦੱਸ ਰਹੇ ਸੀ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ, ਪਰ ਅਸੀਂ ਬਦਲਤਾ, ਹੁਣ ਅਸੀਂ ਇੱਥੇ ਰਹਿ ਕੇ ਜਿਹੜਾ ਉਹ ਆਪਦੀ ਤਰੱਕੀ ਕਰਾਂਗੇ, ਪੜ੍ਹਾਂਗੇ। ਅਤੇ ਆਮ ਆਦਮੀ ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ, ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਅਤੇ ਹੈਲਥ ਉਹਨਾਂ ਦੀ ਪ੍ਰਾਇਓਰਟੀ ਹੈ ਅੱਜ ਵੀ, ਕਿ ਬਾਬਾ ਸਾਹਿਬ ਕਾ ਸਪਨਾ ਅਧੂਰਾ
ਕੇਜਰੀਵਾਲ ਕਰੇਗਾ ਪੂਰਾ, ਉੱਥੇ ਨਾਰਾ ਦਿੰਦੇ ਰਹੇ ਹਾਂ ਜਦੋਂ ਸਕੂਲ ਬਣਾਉਂਦੇ ਰਹੇ ਹਾਂ ਉੱਥੇ ਅਸੀਂ, ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਨਹੀਂ ਦਿੱਤਾ ਜਾਂਦਾ ਸੀ, ਛੂਆ ਛੂਤ ਦਾ ਇੰਨਾ ਜ਼ਮਾਨਾ ਸੀ, ਉਹ ਪਰਾਂ ਬਹਿ ਜਾਂਦੇ ਸੀ, ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਤੈਨੂੰ ਕੀ ਪੜ੍ਹਾਇਆ, ਉਹ ਮੈਨੂੰ ਪੜ੍ਹਾ ਦੇ, ਇੱਥੋਂ ਇੱਥੋਂ ਪੜ੍ਹ ਕੇ ਉਹਨਾਂ ਨੇ ਬਾਅਦ ਦੇ ਵਿੱਚ ਅਮੈਰੀਕਾ ਤੋਂ ਲੰਡਨ ਤੋਂ PhDਆਂ ਕੀਤੀ, ਹਾਲਾਂਕਿ ਕੋਈ ਫਾਈਨੈਂਸ਼ਲੀ ਸਾਊਂਡ ਨਹੀਂ ਸੀ। ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿੱਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ, ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂ ਵੀ ਦਹਾੜੂਗਾ। ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ 'ਤੇ ਦੇਈਏ, ਜੋ ਸਕੂਲ ਆਫ ਐਮੀਨੈਂਸ ਜਾਂ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ, ਗਰੀਬਾਂ ਦੇ ਬੱਚੇ ਪੜ੍ਹ ਕੇ। ਇਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ, 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ, ਸਰਕਾਰੀ ਸਕੂਲਾਂ ਦੇ ਬੱਚੇ, ਔਰ 10ਵੀਂ 'ਚੋਂ 8ਵੀਂ 'ਚੋਂ 12ਵੀਂ 'ਚੋਂ ਫਸਟ ਕੌਣ ਹੈ? ਸਰਕਾਰੀ ਸਕੂਲਾਂ ਦੇ ਬੱਚੇ, ਮਤਲਬ 700 ਚੋਂ 699 ਨੰਬਰ ਲੈ ਕੇ ਆਉਂਦੇ, ਕਿਉਂਕਿ ਟੀਚਰ ਆ ਗਏ, ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਵਾਤੀ। ਅਤੇ ਇਸੇ ਤਰ੍ਹਾਂ ਹੈਲਥ ਦੇ ਵਿੱਚ ਹੋਇਆ, ਇਸੇ ਤਰ੍ਹਾਂ ਬਿਜਲੀ ਦੇ ਵਿੱਚ ਹੋਇਆ, ਇਸ ਤਰ੍ਹਾਂ ਇਨਫਰਾਸਟ੍ਰਕਚਰ 'ਚ ਹੋਇਆ, ਅਸੀਂ ਲੱਗੇ ਰਹਾਂਗੇ। ਔਰ ਸਭ ਤੋਂ ਵੱਡਾ ਫੈਸਲਾ, ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ ਜਦੋਂ ਸਹੁੰ ਚੁੱਕੀ ਖਟਕੜ ਕਲਾਂ, ਤਾਂ ਸਹੁੰ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ, ਚਾਹੇ DC ਦਫ਼ਤਰ ਹੈ, ਚਾਹੇ ਤਹਿਸੀਲਦਾਰ ਦਾ ਦਫ਼ਤਰ ਹੈ, ਚਾਹੇ ਕੋਈ DSP ਦਾ ਦਫ਼ਤਰ ਹੈ, ਚਾਹੇ ਕੋਈ ਵੀ ਸਰਕਾਰੀ ਦਫ਼ਤਰ, ਉੱਥੇ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ, ਉੱਥੇ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ, ਉਹ ਲੱਗੀ ਹੋਈ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਇੱਕ ਨੇ ਸੰਵਿਧਾਨ ਬਣਾਇਆ, ਇੱਕ ਨੇ ਦੇਸ਼ ਬਣਾਇਆ, ਤਾਂ ਇਹਨਾਂ ਦੋਨਾਂ ਦੀ ਫੋਟੋ ਲੱਗੀ ਹੋਈ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁੱਖੀ ਜੀ ਇਹਨਾਂ ਦੋਨਾਂ ਨੂੰ ਰੀਪ੍ਰਜੈਂਟ ਕਰਦੇ ਆ, ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ MLA ਨੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਦੇ ਧਾਰਨੀ ਨੇ। ਸਾਡੀ ਪਾਰਟੀ ਨੂੰ ਅੱਜ ਬਹੁਤ ਬਲ ਮਿਲਿਆ, ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਚਲੇ ਲੋਕਾਂ ਦੀਆਂ ਸਮੱਸਿਆਵਾਂ ਜਾਣਦਾ, ਖੁਦ ਉਹਨੇ ਪਿੰਡੇ 'ਤੇ ਹੰਡਾਈਆਂ ਹੋਈਆਂ ਨੇ, ਉਹ ਸਾਡੀ ਪਾਰਟੀ ਜੁਆਇਨ ਕਰ ਰਿਹਾ, ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ। ਇਹਨਾਂ ਦੇ ਤਜਰਬੇ ਦਾ, ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ, ਔਰ ਜੋ ਵੀ ਇਹਨਾਂ ਦੇ ਸਾਥੀ ਆ ਇਹਨਾਂ ਨਾਲ, ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਸਰਕਾਰਾਂ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ,